ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਤੁਹਾਡੇ ਸਾਹਮਣੇ ਫਿਰ ਖੜੇ ਹੋਣ ਦਾ ਮੌਕਾ ਦਿੱਤਾ। ਜਦੋਂ ਤੋਂ ਹੀ ਮੈਂ ਪ੍ਰੈਗਨੈਂਸੀ ਦੇ ਵਿੱਚ ਸੀਗੀ, ਮੈਨੂੰ ਪਤਾ ਸੀ ਕਿ ਮੇਰੇ ਇਸ ਕੇਸ ਦੇ ਵਿੱਚ ਬਹੁਤ ਕੰਪਲੀਕੇਸ਼ਨਸ ਆ। ਮੈਨੂੰ ਹੋਲੀ ਸਪਿਰਿਟ ਨੇ ਦੱਸਿਆ ਸੀ ਕਿ ਇਹ ਪ੍ਰੈਗਨੈਂਸੀ ਤੇਰੇ ਲਈ ਠੀਕ ਨਹੀਂ, ਪਰ ਮੈਂ ਉਸ ਆਵਾਜ਼ ਨੂੰ ਸਮਝਦੀ ਸੀ ਕਿ ਇਹ ਡੈਮੋਨਿਕ ਵੋਇਸ ਆ, ਡੈਮੋਨਿਕ ਕਾਲ ਆ, ਇੱਦਾਂ ਨਹੀਂ ਹੋ ਸਕਦਾ, ਅਤੇ ਮੈਂ ਇਸ ਕੇਸ ਨੂੰ ਤੁਹਾਡੇ ਤੱਕ ਲੈ ਕੇ ਜਾਵਾਂਗੀ। ਜਿਵੇਂ ਜਿਵੇਂ ਮੈਂ ਹਰ ਮੰਥ ਅੱਗੇ ਵੱਧਦੀ ਸੀਗੀ ਆਪਣੀ ਪ੍ਰੈਗਨੈਂਸੀ ਦੇ ਵਿੱਚ, ਹਰ ਮਹੀਨੇ ਇੱਕ ਨਵੀਂ ਅਤੇ ਵੱਡੀ ਕੰਪਲੀਕੇਸ਼ਨ ਆਉਂਦੀ ਸੀ। ਪਰ ਮੈਂ ਪ੍ਰਾਰਥਨਾ ਯੋਧਿਆਂ ਦੇ ਕੋਲੋਂ ਪ੍ਰਾਰਥਨਾ ਕਰਵਾਉਂਦੀ ਸੀ, ਪਾਸਟਰ ਜੀ ਕੋਲੋਂ ਪ੍ਰਾਰਥਨਾ ਕਰਵਾਉਂਦੀ ਸੀ, ਅਤੇ ਉਹਦੇ ਵਿੱਚ ਪਰਮੇਸ਼ੁਰ ਫਤਿਹ ਬਖਸ਼ਦੇ ਸੀਗੇ। ਜਦੋਂ ਹੀ ਮੈਂ 7th ਮੰਥ ਦੇ ਵਿੱਚ ਐਂਟਰ ਕੀਤਾ ਤਾਂ ਮੈਨੂੰ ਸਾਫ਼ ਪਤਾ ਲੱਗ ਗਿਆ ਕਿ ਜਦੋਂ ਮੇਰਾ ਬੇਬੀ ਡਿਲੀਵਰ ਹੋਵੇਗਾ ਮੈਂ ਵਾਪਸ ਆਪਣੇ ਘਰ ਨਹੀਂ ਆਵਾਂਗੀ। ਸਿਰਫ ਮੈਨੂੰ ਹੀ ਨਹੀਂ, ਮੇਰੀ ਫੈਮਿਲੀ ਨੂੰ ਵੀ ਸ਼ੋਰ ਸੀ, ਬਹੁਤ ਸਾਰੇ ਪਾਸਟਰਸ ਨੂੰ ਵੀ ਸ਼ੋਰ ਸੀ ਕਿ ਮੈਂ ਵਾਪਸ ਲੌਟ ਕੇ ਨਹੀਂ ਆਊਂਗੀ। 7th ਮੰਥ ਤੋਂ ਲੈ ਕੇ ਮੈਂ 9th ਮੰਥ ਤੱਕ ਇੱਕ ਰਾਤ ਵੀ ਸੁੱਤੀ ਨਹੀਂ। ਮੈਂ ਰੋਜ਼ ਪ੍ਰਾਰਥਨਾ ਕਰਦੀ ਸੀ ਕਿ ਪ੍ਰਭੂ ਤੁਸੀਂ ਸਭ ਕੁਛ ਕਰ ਸਕਦੇ ਹਾਂ, ਪਰ ਫਿਰ ਵੀ ਮੈਂ ਤੇਰੀ ਮਰਜ਼ੀ ਦੇ ਖਿਲਾਫ਼ ਨਹੀਂ, ਕਿਉਂਕਿ ਮੇਰੇ ਆਪਣੀ ਗਲਤੀ ਦੇ ਨਾਲ ਇਸ ਸਜ਼ਾ ਦੇ ਵਿੱਚ ਆਪਣਾ ਪੈਰ ਧਰਿਆ, ਤਾਂ ਹੀ ਮੈਂ ਇਸ ਰਸਤੇ 'ਤੇ ਹਾਂ ਕਿ ਮੈਂ ਆਪਣੇ ਪਰਿਵਾਰ ਨੂੰ ਛੱਡ ਕੇ ਜਾ ਰਹੀ ਹਾਂ। ਮੇਰੇ ਫੈਮਿਲੀ ਮੈਂਬਰਸ ਮੈਨੂੰ ਰੋਜ਼ ਪੁੱਛਦੇ ਸੀ ਤੈਨੂੰ ਕੋਈ ਟੈਨਸ਼ਨ ਆ ਤਾਂ ਤੈਨੂੰ ਨੀਂਦ ਨਹੀਂ ਆਉਂਦੀ, ਅੱਗੇ 2 ਬੱਚਿਆਂ ਵਾਰੀ ਤੈਨੂੰ ਕਦੀ ਇੱਦਾਂ ਨਹੀਂ ਸੀ, ਪਰ ਮੈਂ ਉਹਨਾਂ ਨੂੰ ਡਿਕਲੇਅਰ ਨਹੀਂ ਕਰਦੀ ਸੀ। ਮੈਂ ਕਹਿੰਦੀ ਸੀ ਨਹੀਂ, ਮੈਂ ਉੱਦਾਂ ਹੀ ਅਨਕੰਫਰਟੇਬਲ ਫੀਲ ਕਰਦੀ ਹਾਂ, ਕਿਉਂਕਿ ਮੈਂ ਜਾਣਦੀ ਹਾਂ ਅਸੀਂ ਦੂਜਿਆਂ ਲਈ ਸਟਰੋਂਗ ਹੋ ਸਕਦੇ ਹਾਂ ਪਰ ਆਪਣੀ ਫੈਮਿਲੀ ਦੇ ਲਈ ਕਦੀ ਵੀ ਨਹੀਂ, ਅਤੇ ਮੇਰਾ ਪਰਿਵਾਰ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ। ਰੋਜ਼ ਰਾਤ ਨੂੰ ਮੈਂ ਪ੍ਰੇਅਰ ਟੀਮ ਦੇ ਨਾਲ ਅਤੇ ਪਾਸਟਰਸ ਦੇ ਨਾਲ ਰਲ ਕੇ ਰਾਤ ਨੂੰ ਪ੍ਰਾਰਥਨਾ ਕਰਦੀ। ਵਿਦੇਸ਼ਾਂ ਦੇ ਵਿੱਚ ਬੈਠੇ ਪਾਸਟਰਸ ਦਾ ਮੈਂ ਧੰਨਵਾਦ ਕਰਦੀ ਜਿਹੜੇ ਰਾਤ ਨੂੰ ਮੇਰਾ ਸਾਥ ਦਿੰਦੇ ਪ੍ਰਾਰਥਨਾ ਦੇ ਵਿੱਚ, ਅਤੇ ਮੈਂ ਰਾਤ ਨੂੰ ਉੱਠ ਕੇ ਆਪਣੀ ਫੈਮਿਲੀ ਦਾ ਬਾਰ ਬਾਰ ਮੂੰਹ ਦੇਖਦੀ ਸੀ ਕਿ ਕੁਛ ਚਿਰ ਬਾਅਦ ਮੈਂ ਇਹਨਾਂ ਨੂੰ ਕਦੀ ਵੀ ਦੇਖਣਾ ਨਹੀਂ। ਜਦੋਂ ਮੈਂ 9th ਮੰਥ ਦੇ ਵਿੱਚ ਐਂਟਰ ਕੀਤਾ ਤਾਂ ਮੈਂ ਫੈਸਲਾ ਕੀਤਾ ਕਿ ਮੈਂ ਆਪਣੇ ਬੇਟੇ ਦੇ ਬਰਥਡੇ ਵਾਲੇ ਦਿਨ 30 ਮਾਰਚ ਨੂੰ ਜਿਹੜਾ ਮੇਰੀ ਕੁੱਖ ਦੇ ਵਿੱਚ ਬੱਚਾ ਆ ਉਹ ਸੀ ਸੈਕਸ਼ਨ ਦੇ ਨਾਲ ਚੱਕਵਾ ਲੈਣਾ ਆ। ਸਾਰੇ ਜਣੇ ਐਗਰੀ ਸੀਗੇ ਫੈਮਿਲੀ ਦੇ ਵਿੱਚ, ਪਰ ਪਾਸਟਰ ਜੀ ਕਹਿੰਦੇ ਕਿ ਕੁਛ ਚਿਰ ਸਾਨੂੰ ਵੇਟ ਕਰਨੀ ਚਾਹੀਦੀ ਆ। ਜਦੋਂ ਪਾਸਟਰ ਜੀ ਨੇ ਇੱਦਾਂ ਕਿਹਾ, ਰਾਤ ਨੂੰ ਜਦੋਂ ਮੈਂ ਪ੍ਰਾਰਥਨਾ ਕਰਦੀ ਸੀ ਮੇਰੇ ਮਨ ਵਿੱਚ ਆਇਆ ਚਾਹੇ ਤੂੰ ਸੀ ਸੈਕਸ਼ਨ ਦੇ ਨਾਲ ਬੱਚਾ ਚੱਕਵਾਏਂਗੀ ਚਾਹੇ ਨੋਰਮਲ ਡਿਲੀਵਰੀ ਦੇ ਨਾਲ, ਪਰ ਤੂੰ ਵਾਪਸ ਨਹੀਂ ਆਉਣਾ, ਤੇਰੇ ਬੇਟੇ ਦਾ ਬਰਥਡੇ ਵੀ ਖਰਾਬ ਹੋ ਜਾਣਾ, ਉਹਨੇ ਲਾਈਫ ਵਿੱਚ ਕਦੀ ਵੀ ਆਪਣਾ ਜਨਮ ਦਿਨ ਸੈਲੀਬ੍ਰੇਟ ਨਹੀਂ ਕਰ ਸਕਣਾ, ਕਿਉਂਕਿ ਉਹ ਹਮੇਸ਼ਾ ਤੈਨੂੰ ਯਾਦ ਕਰੂਗਾ, ਇਸ ਦਿਨ ਮੇਰੀ ਮਾਂ ਮੈਨੂੰ ਛੱਡ ਕੇ ਚਲੀ ਗਈ ਸੀ, ਨਾ ਹੀ ਆਉਣ ਵਾਲੇ ਬੱਚੇ ਦਾ ਜਨਮ ਦਿਨ ਕਦੀ ਮਨਾਇਆ ਜਾਵੇਗਾ। ਅਤੇ ਮੈਂ ਉਸ ਚੀਜ਼ ਦੇ ਲਈ ਆਪਣੀ ਫੈਮਿਲੀ ਨੂੰ ਜ਼ੋਰ ਨਹੀਂ ਪਾਇਆ, ਪਰ ਐਵਰੀ ਡੇ ਮੈਨੂੰ ਲੱਗਦਾ ਕਿ ਜੇ ਨਹੀਂ ਨੋਰਮਲ ਕੇਸ ਹੋ ਰਿਹਾ ਤਾਂ ਪਰਮੇਸ਼ਵਰ ਮੈਨੂੰ 2-4 ਦਿਨ ਹੋਰ ਮੇਰੇ ਪਰਿਵਾਰ ਵਿੱਚ ਰਹਿਣ ਦੇ ਲਈ ਬਖਸ਼ ਰਹੇ ਆ ਅਤੇ ਮੈਂ ਉਹਨਾਂ ਪਲਾਂ ਨੂੰ ਇੰਜੋਏ ਕਰ ਲਵਾਂ। ਪਰ ਇੱਕ ਦਰਦ ਮੇਰੇ ਅੰਦਰ ਸੀ ਜਿਹੜਾ ਉਹ ਸਮੇਂ ਦੇ ਵਿੱਚ ਵੀ ਮੈਨੂੰ ਖੁਸ਼ ਨਹੀਂ ਰਹਿਣ ਦਿੰਦਾ ਸੀ। ਲਾਸਟ ਸੈਟਰਡੇ ਜਦੋਂ ਅਸੀਂ ਹੋਸਪਿਟਲ ਦੇ ਲਈ ਗਏ, ਮੈਂ ਪੇਨਸ ਦੇ ਵਿੱਚ ਸੀ, ਲੇਬਰ ਪੇਨਸ ਦੇ ਵਿੱਚ। ਜਦੋਂ ਅਸੀਂ ਹੋਸਪਿਟਲ ਗਏ ਡਾਕਟਰ ਨੇ ਕਿਹਾ ਨੋਰਮਲ ਕੇਸ ਹੋ ਜਾਣਾ, ਪਰ ਜਦੋਂ ਹੋਸਪਿਟਲ ਗਏ ਮੇਰੀਆਂ ਪੇਨਸ ਬੰਦ ਹੋ ਗਈਆਂ। ਮੋਰਨਿੰਗ ਤੱਕ ਵੇਟ ਕੀਤੀ, ਉਹਨਾਂ ਨੇ ਮੈਡੀਸਿਨ ਦਿੱਤੀ, ਕੋਈ ਵੀ ਅਸਰ ਨਹੀਂ ਹੋਇਆ। ਡਾਕਟਰ ਨੇ ਪੂਰੀ ਕੋਸ਼ਿਸ਼ ਕੀਤੀ ਅਤੇ ਉਹਨੇ ਸਾਨੂੰ ਕੰਪੈਲ ਵੀ ਕੀਤਾ ਕਿ ਤੁਸੀਂ ਈਵਨਿੰਗ ਤੱਕ ਵੇਟ ਕਰੋ ਕਿ ਨੋਰਮਲ ਕੇਸ ਹੋ ਜਾਏਗਾ, ਕਿਉਂਕਿ ਰਿਪੋਰਟਸ ਉਸ ਵੇਲੇ ਸਾਰੀਆਂ ਨੋਰਮਲ ਆ ਰਹੀਆਂ ਸੀਗੀਆਂ। ਪਰ ਪਵਿੱਤਰ ਆਤਮਾ ਦੀ ਕਿਰਪਾ ਹੋਈ, ਪ੍ਰਭੂ ਜੀ ਦੀ ਕਿਰਪਾ ਹੋਈ, ਪਾਸਟਰ ਜੀ ਨੇ, ਮੰਮੀ ਜੀ ਨੇ
ਅਤੇ ਮੇਰੀ ਸਾਰੀ ਫੈਮਿਲੀ ਨੇ ਫੈਸਲਾ ਕੀਤਾ ਕਿ ਨਹੀਂ ਅਸੀਂ ਨੋਰਮਲ ਕੇਸ ਨਹੀਂ ਲਵਾਂਗੇ, ਅਸੀਂ ਸੀ ਸੈਕਸ਼ਨ ਲੈਣਾ। ਅਤੇ ਡਾਕਟਰ ਨੂੰ ਉਹਨਾਂ ਨੇ ਆਪਣਾ ਫੈਸਲਾ ਦੱਸ ਦਿੱਤਾ। ਜਿੱਦਾਂ ਹੀ ਡਾਕਟਰ ਮੈਨੂੰ ਓ ਟੀ ਦੇ ਵਿੱਚ ਲੈ ਕੇ ਗਏ ਓਪਰੇਸ਼ਨ ਥੀਏਟਰ ਦੇ ਵਿੱਚ, ਮੈਨੂੰ ਉਸ ਬੈਂਚ 'ਤੇ ਲਿਟਾਇਆ ਗਿਆ। ਮੈਂ ਉਸ ਬੈਂਚ 'ਤੇ ਪੈਣ ਲੱਗਿਆ, ਇੱਕ ਹੀ ਵਚਨ ਆਪਣੇ ਮੂੰਹ 'ਚੋਂ ਕਿਹਾ, ਮੈਂ ਮਰੂੰਗੀ ਨਹੀਂ ਪਰ ਜੀਊਂਗੀ ਅਤੇ ਪ੍ਰਭੂ ਯਿਸੂ ਮਸੀਹ ਦੇ ਕੰਮਾਂ ਦਾ ਪ੍ਰਚਾਰ ਕਰੂੰਗੀ। ਜਿਹੜੇ ਡਾਕਟਰ ਉਸ ਸਮੇਂ ਉੱਥੇ ਸੀਗੇ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਤੇਰੇ ਨਾਮ ਦੇ ਪਿੱਛੇ ਵੀ ਕੌਰ ਲੱਗਦਾ, ਤੇਰੇ ਹਸਬੈਂਡ ਦੇ ਨਾਮ ਦੇ ਪਿੱਛੇ ਵੀ ਸਿੰਘ ਲੱਗਦਾ, ਪਰ ਤੂੰ ਯਿਸੂ ਮਸੀਹ ਦੇ ਕੰਮਾਂ ਦਾ ਪ੍ਰਚਾਰ ਕਰੂੰਗੀ। ਮੈਂ ਕਿਹਾ ਕਰਕੇ ਯਿਸੂ ਮਸੀਹ ਸਾਡਾ ਮੁਕਤੀਦਾਤਾ ਆ, ਮੈਂ ਉਹਦੇ ਕੰਮਾਂ ਦਾ ਹੀ ਪ੍ਰਚਾਰ ਕਰਾਂਗੀ। ਇੱਥੇ ਚਰਚ ਦੇ ਵਿੱਚ ਹੀ ਭੈਣ ਸੁਰਿੰਦਰ ਆਉਂਦੇ ਆ, ਉਹ ਡਾਕਟਰ ਆ, ਉਹ ਮੇਰੇ ਨਾਲ ਓ ਟੀ ਦੇ ਵਿੱਚ ਗਏ ਸੀਗੇ ਅੰਦਰ, ਅਤੇ ਮੈਂ ਦੱਸਿਆ ਕਿ ਅਸੀਂ ਦੋਨੋਂ ਕ੍ਰਿਸਚਨ ਆ। ਜਿੱਦਾਂ ਹੀ ਉਹਨਾਂ ਨੇ ਸ਼ੁਰੂ ਕੀਤਾ ਓਪਰੇਸ਼ਨ, ਅਤੇ ਡਾਕਟਰਾਂ ਦੇ ਵੀ ਹੱਥ ਪੈਰ ਕੰਬ ਗਏ ਕਿਉਂਕਿ ਯੂਟਰਸ ਫਟਣ ਨੂੰ ਸੀ। ਉਹਨਾਂ ਨੇ ਬੱਚੇ ਨੂੰ ਚੱਕਿਆ ਅਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਹੁਣ ਉਹ ਕੀ ਕਰਨ। ਅਤੇ ਉਹਨਾਂ ਨੇ ਜਿਹੜੇ ਡਾਕਟਰ ਮੇਰੇ ਨਾਲ ਗਏ ਸੀ ਅੰਦਰ ਸਾਡੀ ਸਾਈਡ ਤੋਂ, ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਬਾਹਰ ਜਾ ਕੇ ਕਹਿ ਦਿਓ ਕਿ ਸਿਚੁਏਸ਼ਨ ਸਾਡੇ ਹੱਥੋਂ ਬਾਹਰ ਆ, ਅਸੀਂ ਕੁਛ ਨਹੀਂ ਕਰ ਸਕਦੇ, ਸ਼ਾਇਦ ਅਸੀਂ ਇਹਨੂੰ ਨਹੀਂ ਬਚਾ ਸਕਦੇ। ਪਰ ਉਹ ਕਹਿੰਦੇ ਮੇਰੀ ਆਪਣੀ ਫੈਮਿਲੀ ਆ, ਮੇਰੇ ਵਿੱਚ ਇੰਨੀ ਹਿੰਮਤ ਨਹੀਂ ਕਿ ਮੈਂ ਉਹਨਾਂ ਨੂੰ ਜਾ ਕੇ ਦੱਸ ਦੇਵਾਂ। ਅਤੇ ਡਾਕਟਰਸ ਨੇ ਮੇਰੇ ਸਾਰੇ ਇੰਜੈਕਸ਼ਨਸ ਦੇ ਦਿੱਤੇ ਅਤੇ ਉਹਨਾਂ ਨੇ ਪੂਰੇ ਐਮਰਜੈਂਸੀ ਦੇ ਆਸੇ ਪਾਸੇ ਵੀ ਕਾਲ ਕਰ ਦਿੱਤੀ ਕਿਉਂਕਿ ਸਾਰੀ ਸਿਚੁਏਸ਼ਨ ਉਹਨਾਂ ਦੇ ਹੱਥਾਂ 'ਚੋਂ ਬਾਹਰ ਹੋ ਚੁੱਕੀ ਸੀ। ਨਾ ਮੇਰਾ ਬੀ ਪੀ ਕੰਟਰੋਲ ਵਿੱਚ ਹੋ ਰਿਹਾ ਸੀ, ਨਾ ਹਾਰਟ ਰੇਟ ਕੰਟਰੋਲ 'ਚ ਹੋ ਰਿਹਾ ਸੀ। ਡਾਕਟਰ ਨੇ ਉਸ ਭੈਣ ਨੂੰ ਕਿਹਾ ਕਿ ਤੁਸੀਂ ਕ੍ਰਿਸਚਨ ਆ ਅਤੇ ਅਸੀਂ ਸੁਣਿਆ ਤੁਹਾਡੇ ਰੱਬ ਦੇ ਵਿੱਚ ਬਹੁਤ ਤਾਕਤ ਆ, ਹੁਣ ਤੂੰ ਹੀ ਪ੍ਰਾਰਥਨਾ ਕਰ ਅਤੇ ਸ਼ਾਇਦ ਇਹ ਬਚ ਜਾਵੇ। ਅਤੇ ਉਹ ਭੈਣ ਇੱਕ ਪਾਸੇ 'ਤੇ ਖੜ੍ਹੀ ਹੋ ਕੇ ਪ੍ਰਾਰਥਨਾ ਕਰਨ ਲੱਗ ਗਈ। 8:15 ਵਜੇ ਇਹ ਕੰਪਲੀਕੇਸ਼ਨ ਚੱਲ ਰਹੀ ਸੀ ਅਤੇ ਪਾਸਟਰ ਜੀ ਨੂੰ ਵੀ ਇੱਦਾਂ ਫੀਲਿੰਗ ਆਉਣ ਲੱਗ ਗਈ ਸੀ ਕਿ ਕੁਛ ਰੋਂਗ ਹੋਣ ਵਾਲਾ ਆ। ਅਤੇ ਡਾਕਟਰਸ ਨੇ ਮੇਰੀ ਯੂਟਰਸ ਬਾਹਰ ਕੱਢ ਲਈ ਸੀਗੀ ਅਤੇ ਉਹ ਕਹਿੰਦੇ ਸੀ ਅਸੀਂ ਹੈਂਡਲ ਨਹੀਂ ਕਰ ਸਕਦੇ, ਪਰ ਤੁਹਾਡੀਆਂ ਸਾਰਿਆਂ ਦੀਆਂ ਪ੍ਰਾਰਥਨਾਵਾਂ ਦੇ ਨਾਲ, ਪਿਆਰ ਨਾਲ, ਪਾਸਟਰ ਜੀ ਦੇ ਪਿਆਰ ਦੇ ਨਾਲ, ਪ੍ਰਾਰਥਨਾਵਾਂ ਨਾਲ ਅਤੇ ਮੇਰੀ ਫੈਮਿਲੀ ਦੇ ਪਿਆਰ ਦਾ ਸਦਕਾ ਪਰਮੇਸ਼ਵਰ ਨੇ ਉਸ ਯੂਟਰਸ ਨੂੰ ਕੰਟਰੈਕਟ ਹੋਣ ਦੇ ਵਿੱਚ ਹੈਲਪ ਕੀਤੀ ਅਤੇ ਵਾਪਸ ਮੈਨੂੰ ਜੀਵਨਦਾਨ ਬਖਸ਼ਿਆ। ਬਹੁਤ ਸਾਰੇ ਲੋਕ ਕਹਿੰਦੇ ਤੁਸੀਂ ਪਰਮੇਸ਼ਵਰ ਦੇ ਵਿੱਚ ਚੱਲਦੇ ਆ, ਤੁਹਾਨੂੰ ਪੁੱਤਰ ਮਿਲਣਾ ਚਾਹੀਦਾ ਸੀ, ਤੁਹਾਡੇ ਧੀ ਪੈਦਾ ਹੋਈ ਆ, ਤੁਹਾਡਾ ਸਜ਼ੇਰੀਅਨ ਹੋਇਆ ਆ। ਪਰ ਮੈਂ ਉਹਨਾਂ ਸਾਰਿਆਂ ਨੂੰ ਦੱਸਦੀ ਹਾਂ, ਜੇ ਇਸ ਮੌਤ ਦੀ ਖਾਈ ਦੇ ਵਿੱਚੋਂ ਪਰਮੇਸ਼ਵਰ ਨੇ ਮੈਨੂੰ ਕੱਢਿਆ, ਉਹ ਬਿਆਨ ਕਰਨਾ ਮੇਰੇ ਵੱਸ ਦੀ ਗੱਲ ਨਹੀਂ, ਮੇਰੇ ਲਈ ਉਹਦਾ ਫਜ਼ਲ ਹੀ ਬਹੁਤ ਆ। ਅੱਜ ਮੈਂ ਇੱਕ ਧੀ ਹਾਂ ਅਤੇ ਇੱਕ ਪਾਸਟਰ ਦੀ ਵਾਈਫ ਹਾਂ, ਇੱਕ ਪਾਸਟਰ ਦੀ ਨੂੰਹ ਹਾਂ ਅਤੇ ਤੁਹਾਡੇ ਸਾਹਮਣੇ ਖੜ੍ਹ ਕੇ ਪ੍ਰਭੂ ਦੀ ਮਹਿਮਾ ਕਰਦੀ ਹਾਂ। ਧੀ ਹੋਣਾ ਕੋਈ ਗੁਨਾਹ ਨਹੀਂ ਆ। ਅਸੀਂ ਜ਼ਰੂਰੀ ਨਹੀਂ ਕਿ ਮੁੰਡੇ ਹੀ ਰੱਬ ਦਾ ਪ੍ਰਚਾਰ ਕਰ ਸਕਦੇ ਆ, ਮੁੰਡੇ ਹੀ ਇਸ ਧਰਤੀ 'ਤੇ ਬਰਕਤਾਂ ਆ। ਪਤਾ ਨਹੀਂ ਪਰਮੇਸ਼ਵਰ ਨੇ ਉਸ ਬੱਚੀ ਦੀ ਪਰਵਰਿਸ਼ ਕਰਨ ਦੇ ਲਈ ਮੇਰੇ 'ਤੇ ਫਜ਼ਲ ਕੀਤਾ ਹੋਵੇ ਕਿ ਮੈਂ ਉਹਨੂੰ ਪਾਲ ਸਕਾਂ, ਪਰ ਮੈਂ ਸੱਚਮੁੱਚ ਤੁਹਾਡੇ ਸਾਰਿਆਂ ਦੇ ਸਾਹਮਣੇ ਪ੍ਰਣ ਕਰਦੀ ਹਾਂ ਕਿ ਮੈਂ ਯਿਸੂ ਮਸੀਹ ਦੇ ਕੰਮਾਂ ਦਾ ਪ੍ਰਚਾਰ ਕਰਦੀ ਰਹੂੰਗੀ। ਆਮੀਨ।